प्यार भरी सत श्री अकाल आदाब नमस्ते अस्सलाम वालेकुम। मैं थोड़ा जसी सिंह लायलपुरिया सैवन स्पैशल दे नाल साडा एक्चुअली प्रोग्राम करन दा मतलब ये हुंदा वे कि आवाम के वख वख विषय जिहड़े हैगे ने आवाम नूं जिहड़ियां प्रॉब्लम्स हैगियां ने वह अहीं सरकारां तक पहुँचाइए ताकि आवाम नूं उहनां दे जिहड़ा मसले है उहनां दे हल हो सकन। अज दा जिहड़ा मसला साडा हैगा वे ये हैगा वे लोड शेडिंग दे उत्ते। एक पाकिस्तान दे विच सरकारां बदलदियां रहिंदियां ने, आंदियां रहिंदियां ने, जांदियां रहिंदियां ने, वादे भी करदे रहिंदे हैगे ने, लेकिन आवाम नूं खुशी पता नहीं क्यों नहीं मिलती हैगी। लोड शेडिंग बहुत ज़्यादा हो रही है। आओ असी जानते हैगे हाँ आवाम की विचारधारा और विचारधारा के नाल साडी विश होएगी कि साडा प्रोग्राम सरकार तक जाए और इत्ते अमल किया जाए कि बत्ती इन्नी क्यों जान रही हैगी। आओ आपां गल करदे हैगे हाँ। अस्सलाम वालेकुम भाजी, की हाल है? चंगे हो? थोड़ा जिहा अगे हो जाओ। अच्छा, जिहड़ी लोड शेडिंग हो रही है अजकल बहुत ज़्यादा, आवाम बड़ी परेशान हैगी है, तुहाडा की विचारधारा, तो तुसीं की कहना चाहोगे? सर, लोड शेडिंग रूटीन वाइज तो नहीं हो रही, ज़्यादातर जाती भी है तो ज़्यादा ज़्यादा अधे घंटे पौने घंटे तो ज़्यादा नहीं जा रही। अच्छा, मतलब तुसीं बिजनेसमैन है जो तुसीं कारोबारी बंदे हो या एडा वधिया रेस्टोरेंट हैगा, ਤੁਹਾਨੂੰ ਦਿੱਕਤ ਨਹੀਂ ਫੀਲ ਹੁੰਦੀ ਜਦੋਂ ਆਪਣਾ ਬੱਤੀ ਜਾਂਦੀ ਹੈਗੀ ਹੈ? ਤੁਹਾਡੇ ਕੰਮ 'ਚ ਫਰਕ ਨਹੀਂ ਪੈਂਦਾ? ਜ਼ਾਹਰ ਪੀਜ਼ਾ ਤੁਸੀਂ ਮਸ਼ੀਨ ਚਲਾਉਣੀ ਹੁੰਦੀ ਹੈ ਜਾਂ ਤੁਸੀਂ ਫਾਇਡ ਚੈੱਕ ਕਰਨਾ ਹੁੰਦਾ, ਤਾਂ ਉਹ ਵੀ ਅੱਜ ਕੱਲ੍ਹ ਇਲੈਕਟ੍ਰਿਕ ਹੀ ਹੈਗਾ ਸਿਸਟਮ, ਲੱਕੜਾਂ ਬਾਲਣ ਵਾਲਾ ਹਿਸਾਬ ਕੋਈ ਨਹੀਂ ਹੈਗਾ, ਅਤੇ ਤੁਹਾਡੇ ਕੰਮ 'ਤੇ ਫਰਕ ਨਹੀਂ ਪੈਂਦਾ ਅਗਰ ਬੱਤੀ ਗਈ ਹੋਵੇ, ਅੱਧਾ ਘੰਟਾ ਨਾ ਆਵੇ ਜਾਂ ਘੰਟਾ ਨਾ ਆਵੇ, ਤੁਹਾਡੇ ਕੋਲ ਗਾਹਕ ਆਏ ਹੁਣ ਤਾਂ ਤੁਸੀਂ ਕੀ ਉਹਦੇ 'ਤੇ ਕਹਿਣਾ ਚਾਹੋਗੇ? ਰੂਟੀਨ ਵਾਈਜ਼ ਤੁਹਾਨੂੰ ਦੱਸਿਆ ਨਾ, ਜਿਹੜਾ ਆਮ ਰੂਟੀਨ 'ਚ ਜਿਹੜਾ ਪਹਿਲੇ ਲੋਡ ਸ਼ੈਡਿੰਗ ਹੁੰਦੀ ਸੀ ਨਾ, ਉਹਦੇ ਹਿਸਾਬ ਨਾਲ ਹੁਣ ਲੋਡ ਸ਼ੈਡਿੰਗ ਨਹੀਂ ਹੋ ਰਹੀ। ਵੋਟ ਕਿਹਨੂੰ ਪਾਇਆ ਜੀ? ਇਮਰਾਨ ਖਾਨ ਨੇ ਪਾਇਆ। ਇਮਰਾਨ ਖਾਨ ਸਰਕਾਰ ਤੋਂ ਤੁਸੀਂ ਖੁਸ਼ ਹੋ? ਠੀਕ ਹੈ, ਨਹੀਂ ਠੀਕ ਹੈ, ਖੁਸ਼ ਹਾਂ ਨਾ ਨਾਰਾਜ਼ ਹੈਗੇ, ਬਸ ਠੀਕ ਹੈ, ਚੱਲਣ ਡਿਆ, ਚੱਲ ਰਹੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ। ਹਰ ਬੰਦੇ ਦੀ ਇੱਕ ਆਪਣੀ ਆਪਣੀ ਵਿਚਾਰਧਾਰਾ ਹੁੰਦੀ ਹੈ, ਹਰ ਬੰਦੇ ਦੀ ਆਪਣੀ ਗੱਲ ਹੁੰਦੀ ਹੈ। ਆਓ ਅਸੀਂ ਆਪਾਂ ਦੂਜੇ ਲੋਕਾਂ ਨਾਲ ਵੀ ਗੱਲ ਕਰਦੇ ਹੈਗੇ ਹਾਂ ਔਰ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਲੋਕ ਕੀ ਕਹਿੰਦੇ ਹੈਗੇ ਨੇ। ਅਸਲਾਮ ਵਾਲੇਕੁਮ ਸਰ, ਕੀ ਹਾਲ ਜੀ? ਠੀਕ ਠਾਕ। ਮੈਨੂੰ ਇਹ ਦੱਸੋ, ਬੱਤੀ ਅੱਜ ਕੱਲ੍ਹ ਇੰਨੀ ਜਾਣ ਦੀ ਹੈਗੀ ਹੈ, ਹਾਂਜੀ, ਕਿੰਨੀ ਕੁ ਪਰੇਸ਼ਾਨੀ ਹੁੰਦੀ ਹੈ? ਬਹੁਤ ਜ਼ਿਆਦਾ ਗਰਮੀ ਬੜੀ ਹੈ ਅਤੇ ਜਿਹੜਾ 50-60 ਸੁੱਤਾ ਉਹ ਤਾਂ ਮਰਨ ਵਾਲਾ ਹੋਇਆ ਹੁੰਦਾ ਬੱਤੀ ਦੀ ਵਜ੍ਹਾ ਤੋਂ। ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਗਵਰਨਮੈਂਟ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਅਸੀਂ ਕੀ ਕਹਿ ਸਕਦੇ, ਰੱਬ ਹੀ ਪੁੱਛ ਸਕਦਾ। ਅਸਲਾਮੁਅਲੈਕੁਮ ਸਰ, ਇਹ ਜਿਹੜਾ ਪੀਜ਼ਾ ਸ਼ੋਪ ਹੈਗੀ ਤੁਹਾਡੀ ਹੈਗੀ? ਅੱਛਾ, ਮੈਨੂੰ ਇਹ ਦੱਸੋ ਭਾਅ ਜੀ, ਜਿਵੇਂ ਅੱਜ ਕੱਲ੍ਹ ਲੋਡ ਸ਼ੈਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ, ਬੱਤੀ ਬਹੁਤ ਜਾਂਦੀ ਹੈਗੀ ਹੈ, ਡੈਫੀਨੇਟਲੀ ਤੁਹਾਡਾ ਸਾਰਾ ਸਿਸਟਮ ਜਿਹੜਾ ਹੈਗਾ ਇਲੈਕਟ੍ਰਿਕ ਸਿਸਟਮ ਹੈਗਾ, ਤੁਹਾਡੇ ਕਾਰੋਬਾਰ ਦੇ ਉੱਤੇ ਕਿੰਨਾ ਕੁ ਅਸਰ ਪਿਆ ਹੈਗਾ ਜੀ? ਸਰ ਜੀ, ਜਿੰਨੀ ਕੁ ਬੱਤੀ ਹੁਣ ਜਾਣ ਲੱਗ ਗਈ ਹੈ ਨਾ, ਪਹਿਲੇ ਜਦੋਂ ਨਵਾਜ਼ ਸ਼ਰੀਫ ਦਾ ਦੌਰ ਸੀ ਨਾ, ਉਦੋਂ ਇੰਝ ਜਾਂਦੀ ਸੀ, ਵਿੱਚੋਂ ਇਹਨਾਂ 3 ਸਾਲ ਜਿਹੜੀ ਹੈ ਨਾ ਬੱਤੀ ਸਹੀ ਹੋ ਗਈ ਸੀ, ਹੁਣ ਫਿਰ ਜਿਹੜਾ ਆਖਰੀ ਸਾਲ ਹੈ ਹੁਣ ਇਹਨਾਂ ਦਾ ਸ਼ੁਰੂ ਹੋਇਆ, ਬੱਤੀ ਨੂੰ ਤੁਸੀਂ ਆਪ ਹੀ ਵੇਖਦੇ ਪਏ ਹੋਗੇ ਕਿੰਨੀ ਹੁਣ ਐਕਸਟਰਾ ਜਾਣ ਲੱਗ ਗਈ ਹੈ ਲੋਡ ਸ਼ੈਡਿੰਗ। ਸਾਡਾ ਤਾਂ ਸਾਰਾ ਸਿਸਟਮ ਹੀ ਬੱਤੀ 'ਤੇ ਆਇਆ ਵੇ, ਸਾਡਾ UPS ਵੀ ਐਂਡ ਦੇ ਆ ਕੇ ਜਵਾਬ ਦੇ ਜਾਂਦਾ, ਸਾਡੀ ਸਾਰੀਆਂ ਮਸ਼ੀਨਾਂ ਬੰਦ ਹੋ ਜਾਂਦੀਆਂ, ਕਾਰੋਬਾਰ ਸਾਰੇ ਤਬਾਹ ਇਸੇ ਵੇ ਤੋਂ ਹੋ ਰਹੇ ਨੇ। ਜਦੋਂ ਲੋਕਾਂ ਦੇ ਕਾਰੋਬਾਰ ਨਹੀਂ ਚੱਲਣਗੇ ਤਾਂ ਕਿਵੇਂ ਫਿਰ ਖੁਸ਼ਹਾਲੀ ਆਏਗੀ? ਤੁਸੀਂ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੋ? ਸਰ, ਸਾਡਾ ਮੈਸੇਜ ਉੱਤੇ ਤੱਕ ਪਹੁੰਚਣਾ ਹੀ ਨਹੀਂ, ਅਸੀਂ ਭਾਵੇਂ 10 ਵਾਰੀ ਕਹਿ ਲਈਏ ਸਾਡਾ ਇੰਟਰਨੈਸ਼ਨਲ ਚੈਨਲ ਹੈਗਾ ਵੇ ਸਾਡਾ। ਸਰ, ਉਹਨਾਂ ਨੂੰ ਅਸਰ ਹੀ ਨਹੀਂ ਹੁੰਦਾ, ਫਾਇਦਾ ਇਹੋ ਜਿਹੇ ਤਾਂ ਇੰਟਰਵਿਊ ਰੋਜ਼ ਹੀ ਹੁੰਦੇ ਨੇ ਉਹਨਾਂ ਨੂੰ, ਤਾਂ ਕਿਸੇ ਸ਼ਾਇਦ ਉਹਨਾਂ ਨੇ ਕਦੀ ਅੰਜ ਆ ਕੇ ਗਰੀਬਾਂ ਨੂੰ ਵੇਖਿਆ ਤਾਂ ਨਹੀਂ ਹੈਗਾ ਕਿ ਕਿਵੇਂ ਕੰਮ ਕਰ ਰਹੇ ਨੇ ਗਰਮੀ ਦੇ ਵਿੱਚ ਬੈਠੇ। ਮੀਡੀਆ ਵਾਲੇ ਤੁਹਾਡਾ ਸਾਥ ਦਿੰਦੇ ਹੈਗੇ ਨਾ, ਸਾਡੀ ਬਾਤ ਵੀ ਗਵਰਨਮੈਂਟ ਤੱਕ ਪਹੁੰਚਾਉਂਦੇ ਹੈਗੇ। ਬਿਲਕੁਲ, ਤੁਸੀਂ ਸਾਰੀ ਆਵਾਜ਼ ਪਹੁੰਚਾਉਂਦੇ, ਲੇਕਿਨ ਉਹਨਾਂ ਤੇ ਕੋਈ ਅਸਰ ਨਹੀਂ, ਉਹਨਾਂ ਨੇ ਕਰਨੀਆਂ ਆਪਣੀਆਂ ਮਰਜ਼ੀਆਂ ਨੇ। ਤੁਸੀਂ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੋ ਤੇ? ਸਰ, ਉਹਨਾਂ ਨੂੰ ਇਹੀ ਕਹਿੰਦੇ ਕਿ ਆਖਰੀ 1 ਸਾਲ ਆਇਆ, ਕੋਈ ਸ਼ਰਮ ਕਰ ਲੈਣ, ਜੇ ਕੋਈ ਤੁਹਾਨੂੰ ਕੋਈ ਸ਼ਰਮ ਦੀ ਗੋਲੀ ਮਿਲਦੀ ਸਾਨੂੰ ਦੱਸ ਦੇਣ, ਅਸੀਂ ਲਿਆ ਕੇ ਦੇ ਦਿੰਦੇ ਹਾਂ, ਅਤੇ ਹੁਣ ਕੋਈ ਸ਼ਰਮ ਕਰ ਲੈਣ ਤੇ ਆਖਰੀ ਸਾਲ ਹੀ ਕੁਝ ਕਰਕੇ ਵਿਖਾ ਦੇਣ, ਲੇਕਿਨ ਉਮੀਦ ਸਾਨੂੰ ਫਿਰ ਵੀ ਕੋਈ ਨਹੀਂ ਗੀ, ਜਿੱਥੇ 3 ਸਾਲਾਂ 'ਚ ਨਹੀਂ ਹੋਇਆ ਤੇ ਆਖਰੀ ਸਾਲ 'ਚ ਵੀ ਨਹੀਂ ਕੁਝ ਵੀ ਹੋ ਸਕਦਾ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਮੈਨੂੰ ਇਹ ਦੱਸੋ ਕਿ ਤੁਸੀਂ ਗਵਰਨਮੈਂਟ ਤੋਂ ਖੁਸ਼ ਹੋ? ਅੱਜ ਕੱਲ੍ਹ ਬੱਤੀ ਬਹੁਤ ਜਾਣ ਰਹੀ ਹੈ, ਬੱਤੀ ਦਾ ਹਰ ਕਿਸੇ ਨੂੰ ਮਸਲਾ ਹੈਗਾ, ਪ੍ਰੋਬਲਮ ਹੈਗੀ ਹੈ ਕਿ ਲਾਈਟ ਬਾਰ ਬਾਰ ਆਉਣੀ ਜਾਣੀ, ਜਿਹੜੇ ਤੁਸੀਂ ਤਾਜਰ ਹੈਗੇ ਹੋ ਬਾਜ਼ਾਰ ਦੇ ਵਿੱਚ ਦੁਕਾਨ ਪਾ ਕੇ ਬੈਠੇ ਹੈਗੇ ਹੋ, ਬੱਤੀ ਜਾਣ ਨਾਲ ਤੁਹਾਡੇ ਕਾਰੋਬਾਰ 'ਚ ਫਰਕ ਪਿਆ ਹੈਗਾ? ਲਾਜ਼ਮੀ ਗੱਲ ਹੈ ਸਰ, ਜਦੋਂ ਲਾਈਟ ਜਾਏਗੀ ਤਾਂ ਫਿਰ ਲੋਕ ਘਰਾਂ 'ਚੋਂ ਮਸ਼ਹੂਰ ਹੋ ਜਾਣਗੇ, ਨਹੀਂ ਨਿਕਲਣਗੇ, ਉਹਦਾ ਕਾਰੋਬਾਰ 'ਤੇ ਅਸਰ ਤਾਂ ਪੈਂਦਾ, ਅਗਰ ਸ਼ਾਮ ਦੇ ਟਾਈਮ ਖਾਸ ਤੌਰ 'ਤੇ ਬੰਦ ਹੋਏ ਤਾਂ ਫਿਰ ਉਹਦੇ 'ਚ ਪ੍ਰੋਬਲਮ ਤਾਂ ਹੈ, ਸਭ ਵਾਸਤੇ ਪ੍ਰੋਬਲਮ। ਤੁਸੀਂ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੋ ਤਾਂ? ਇਹੀ ਕਹਾਂਗੇ ਕਿ ਵੀ ਸਾਡੀ ਛੋਟੀ ਛੋਟੀ ਖੁਆਹਿਸ਼ਾਂ ਕੁਝ ਜ਼ਿਆਦਾ ਤਾਂ ਹੈ ਨਹੀਂ, ਕਮ ਅਜ਼ ਕਮ ਲਾਈਟ ਸਾਨੂੰ ਪ੍ਰੋਪਰ ਪ੍ਰੋਵਾਈਡ ਕੀਤੀ ਜਾਏ, ਕਾਰੋਬਾਰ ਥੋੜ੍ਹਾ ਚੱਲੇ ਤਾਂ ਕਿ
बहुत बहुत शुक्रिया, बहुत बहुत शुक्रिया। ये थोड़ी दुकान है जी? जी जी बिल्कुल मेरी दुकान। ये तुसी मेरे ख्याल फोटोस्टेट मशीन भी रखी है और फोटोआं दा भी काम करदे हो? जी जी बिल्कुल, सारा कुछ रखे। इस सारीआं मशीनां बत्ती नाल चलदीआं हैं जी जी। और अजकल लोड शेडिंग बहुत ज़्यादा हो रही है, तुहाडे बारे की कहना हैगा वे गवर्नमेंट? मेरा नहीं ख्याल कि इन्नी ज़्यादा है जिनी पहले होंदी सी। पीपी दे दौर जो हालात सी उन्दे नस्बत बहुत बेहतर हालात ने। जाहरी बात है गर्मी है, गर्मी का सीज़न है, तो इन हालात के कोई मसले हो सकते हैं, थोड़ी बहुत लाइट की कमी आ जाती है। और इन फ्यूचर उम्मीद है कि बहुत बेहतर होएगा, तकरीबन 10 डैमों के काम हो रहा है और इंशाल्लाह बिजली पूरी हो जाएगी, सानू कोई गिला नहीं। वोट वोट किन पाया? वोट तो किसी नहीं पाया क्योंकि सरकारी मुलाजम असिस्टेंट प्रिजाइडिंग ऑफिसर से। हाँ, ख्वाहिश यही सी कि खान साहब जितने वो जीत गए ने, अगे भी उम्मीद है कि बंदा काम करेगा इंशाल्लाह। थैंक यू जी, बहुत बहुत शुक्रिया। अस्सलामुअलैकुम जी। हां जनाब उस्ताद जी, ये दसो कि बत्ती बार बार जान दी हैगी, ये बिजली जान दी हैगी, ये बहुत माड़े हालात ने। बिल्कुल सही बात है, लोग बड़े परेशान है कि ने बार बार मिनट मिनट पे बत्ती जांदी, मिनट मिनट ते आउंदी है। तुसी इहदे बारे उस्ताद जी की कहना चाहते हो? जाहिर है तुहानूं बत्ती आनी चाहिए, इंसान परेशान है, दुनिया परेशान है, कारोबार खत्म है, तो जाहिर है तुहानूं पता। कोई गवर्नमेंट नूं मैसेज देना चाहो तो? गवर्नमेंट मैसेज आएगा मेहरबानी होदी, बत्ती पूरे करे, बत्ती दवे गरीबां नूं, उहदे नाल उहनां कारोबार घटदे पैणे, खत्म होंदे पैणे। बहुत बहुत शुक्रिया जी। ये जी अपनी अपनी विचारधारा है, हर बंदा अपनी गल करता, कोई मुंडे कुछ खलोते है अभी इन्होंने गल करते हैं। हेलो की हाल है काका जी? ठीक हो? अल्हम्दुलिल्लाह शुक्र अल्लाह वाका। पुत्र बार बार लाइट जा रही है, बत्ती जा रही है, तुसी गवर्नमेंट नूं की कहना चाहोगे? हम गवर्नमेंट को यही कहना चाह रहे हैं कि लाइट लोड शेडिंग बहुत ज़्यादा हो रही है, तो ये अच्छा नहीं है। और साथ में लॉकडाउन चल रहा है, ऊपर से ना ही लोगों की सेविंग हो रही है, ना ही ये जॉब पे भी नहीं जा रहे, ना ही जॉब ना सेविंग हो रही है। ऊपर लोड शेडिंग, ऊपर से लोड शेडिंग तो आती नहीं है ना नाइट। एक मिनट आती है, 10 मिनट चल जाती है, आधा घंटा चली जाती है, 2 मिनट आती है, फिर घंटा चली जाती है, तो बंदा क्या करे? यानी बेबस परेशानी है। परेशानी है और कुछ भी नहीं। झमके मार के लोगों की फ्रिजा टीवी एसी सड़ पल जाने, एसी तो खैर गरीबा को है नहीं, तो बकाया जो कुछ बहुत नुकसानदेह हो रहे हैं। असि गवर्नमेंट नूं अल्लाह पाक को नेकी दी हिदायत होवे, बस असि की दे सकदे आ। गर्मी बहुत ज्यादा लगती है, एसी नहीं लगा घर? चल कोनी, अहीं रब अगे दुआ करांगे तेरे घर एसी लगे। और तू चल एसी पखा बत्ती टिक जावे, एसी गरीबां दा पखा ही है। पखे ना गुजारा हो जाता है, जो बत्ती चली जाए फिर आवाजारी होंगी, एसी भी की करेगा, तो जो लाइट ही नहीं आएगी तो। बहुत बहुत शुक्रिया, अल्लाह पाक गवर्नमेंट को नेकी दी हिदायत दे। अस्सलाम वालेकुम भाजी। वालेकुम सलाम, की हाल जी? चंगे हो? शुक्र अल्लाह। भाजी मैनू ये दसो कि जी बार बार बत्ती जान रही है, बिजली जान रही हैगी, ये ये बारे तुहाडी की विचारधारा है? सर नवाज शरीफ का दौर से तो बिजली नहीं सी जाती, बिल्कुल इंज फ्रैश सी, हुण तो महंगाई ने जान कढ़ी है, उत्तों इन्हां ने जान कढ़ी है। बिजली हर 10 मिनट बाद आती है, पखा चला जाओ तो फिर चले जाएगी, पहले चलाना पैंदा सी, हुण लोड बड़े वोल्ट बड़े घट आंदे ने, पखा बंद करिए पखा ना साड़ीए वे, ਉਹ ਭਾਜੀ ਬਿਜਲੀ ਚਲੇ ਜਾਂਦੀ, ਬਾਰ ਬਾਰ ਬਿਜਲੀ ਜਾ ਰਹੀ, ਬੱਚੇ ਛੋਟੇ ਛੋਟੇ, ਬੜਾ ਬੁਰਾ ਹਾਲ ਹੈ ਲੋਕਾਂ ਦਾ, ਘਰਾਂ ਦੀ ਫਲੈਟਾਂ 'ਚ। ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਸਰਕਾਰ ਤੇ ਮੈਂ ਤੇ ਕਹਿੰਦਾ ਵਾਂ ਕਿ ਸਰਕਾਰ ਜਿਹੜੀ ਨਾ ਮੇਰੇ ਵੱਲੋਂ ਤਾਂ ਲਾਣਤ ਹੈ, ਉਹ ਐਸਾ ਸਾਡਾ ਕਿਸੇ ਕਾਰਆਮਦ ਨਹੀਂ ਹੈਗਾ, ਬਸ ਜੀ ਮੈਂ ਇਕੱਲਾ ਇਮਾਨਦਾਰ ਹਾਂ, ਮੈਂ ਬੜਾ ਕੁਛ ਕਰ ਰਿਹਾ, ਯੇ ਕਰ ਰਿਹਾ, ਵੋ ਕਰ ਰਿਹਾ, ਖੇਜ ਵੀ ਨਹੀਂ ਕਰ ਰਿਹਾ, ਮਹਿੰਗਾਈ ਕਰ ਰਿਹਾ, ਕੋਈ ਚੀਜ਼ ਨਹੀਂ ਸਸਤੀ ਕਰ ਰਿਹਾ, ਹਰ ਚੀਜ਼ ਮਹਿੰਗੀ ਕਰੀ ਜਾ ਰਿਹਾ। ਮੈਂ ਕਹਿ ਰਿਹਾ ਵਾਂ ਇਹੋ ਜਿਹਾ ਦੁਬਾਰਾ ਪਾਕਿਸਤਾਨ ਜਾਣਾ ਹੀ ਨਹੀਂ, ਜਿੱਡਾ ਇਹ ਬੰਦਾ ਹੈਗਾ ਕੋਈ ਹਾਲ ਨਹੀਂ ਹੁੰਦਾ। ਲਓ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਸਾਰੀ ਸੜਕ ਬਲ ਕੇ ਬੈਠਾ ਹੋ ਤੇ ਕਹਿੰਦਾ ਦਿਲਾਂ ਨੇ ਝੂਠ ਬੋਲਦਾ ਪਿਆ, ਸਾਰੇ ਦਾ ਸਾਪਿਆ ਆਇਆ ਜਿਹੜਾ ਸੜਕ ਦੇ ਉੱਤੇ। ਅੱਛਾ ਜੀ, ਅਸੀਂ ਬੋਲਣਾ ਚਾਹੁੰਦੇ ਹਾਂ, ਖਾਨ ਸਾਹਿਬ ਬਹੁਤ ਅੱਛੇ ਆਦਮੀ ਨੇ, ਇਹਨਾਂ ਦੀ ਨੀਅਤ ਬਹੁਤ ਅੱਛੀ ਹੈ, ਇਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਬੋਝ ਉਹ ਪਾਰਲੀਮੈਂਟ ਨਹੀਂ ਛੱਡ ਰਿਹਾ, ਉਹ ਮਰਕਜ਼ ਨਹੀਂ ਛੱਡ ਰਿਹਾ, ਲੋਕਾਂ ਦੀ ਤਬਾਹੀ ਲਾਈ ਜਾ ਰਹੀ। ਤੇ ਜਿਹੜੀ ਬੱਤੀ ਬਾਰ ਬਾਰ ਜਾ ਰਹੀ ਬੱਤੀ, ਨਵਾਜ਼ ਸ਼ਰੀਫ ਦੌਰ ਦੇ ਵਿੱਚ 1 ਘੰਟਾ ਜਾਂਦੀ ਸੀ, ਕਾਉਂਦੀ ਸੀ 19 ਘੰਟੇ 18 ਘੰਟੇ ਬੱਤੀ ਜਾਂਦੀ, ਉਦੋਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ, ਉਦੋਂ ਨਹੀਂ ਵੇਚਦੇ ਸਨ ਯਾਰ, ਇਹ ਨਾ ਗੱਲ ਕਰੋ। ਬਸ ਜਿਹੜੀ ਮੈਂ ਗੱਲ ਕੀਤੀ ਹੈ, ਸਭ ਤੋਂ ਵੱਡਾ ਬੋਝ ਜਿਹੜਾ ਮਰਕਜ਼ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਮੇਰਾ ਤਾਂ ਇਹ ਕਹਿਣਾ ਬਣਦਾ ਕਿ ਜਿਹੜਾ ਵੀ ਹੁਕਮਰਾਨ ਆਇਆ ਉਹਨੇ ਆਪਣੇ ਪੇਟ ਦੇ ਹੱਥ ਮਾਰਿਆ, ਆਵਾਮ ਦਾ ਕੁਛ ਨਹੀਂ ਸੋਚਿਆ,
बत्ती उदो भी वही हाल सी हूँ भी वही हाल। यानी तुसी दुखी हो? सारे दुखी केड़ा सुखी है। तंग हो, तंग हो, तंग हो। हाँ जी एवं कही इमरान खान नमाज शरीफ के लंदन बैठा आवे फिर इतने आवाम का सोचे सोच रहा वा कोई भी नहीं सोच रहा हर बंदा अपनी जेब भर रहा गरीब आदमी का कोई फायदा नहीं सोच रहा। कोई मैसेज देना चाहो गवर्नमेंट? मैं तो यही कहांगा कि जे कोई आवे ना कोई माई का लाल तो चंगा आवे वरना ये ना तो खत्म ही कर देना अंग्रेज ही ले। बहुत बहुत शुक्रिया। उन्होंने गुलामी जो अगे नहीं निकले। अस्सलाम वालेकुम जी। ਇਹ ਜੀ ਜਿਹੜੀ ਲੋਡ ਸ਼ੈਡਿੰਗ ਵਾਰ ਵਾਰ ਹੋ ਰਹੀ ਹੈ ਬੱਤੀ ਜਾਂਦੀ ਹੈਗੀ ਹੈ ਸਰਕਾਰਾਂ ਵੀ ਆਉਂਦੀਆਂ ਜਾਂਦੀਆਂ ਹੈਗੀਆਂ ਨੇ ਅਤੇ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈਗਾ ਜੀ? ਸਾਡੇ ਇਹ ਖਿਆਲ ਬੱਤੀ ਬਹੁਤ ਜਾਂਦੀ ਹੈ ਨਹੀਂ ਜਾਣੀ ਚਾਹੀਦੀ ਨੁਆਸ਼ੀ ਹੁੰਦੀ ਇੰਨੀ ਨਹੀਂ ਜਾਂਦੀ ਸੀ ਹੁਣ ਬਹੁਤ ਜ਼ਿਆਦਾ ਜਾਣ ਲੱਗ ਪਈ ਹੈ ਬਹੁਤ ਗਰਮੀ ਪੈ ਰਹੀ ਹੈ ਯਾਨੀ ਕਿ ਇਨਸਾਨ ਕਿਆ ਕਰੇ। ਔਰ ਤੁਸੀਂ ਕੀ ਗੌਰਮੈਂਟ ਨੂੰ ਮੈਸੇਜ ਦੇਣਾ ਚਾਹੁੰਦੇ? ਅਸੀਂ ਮੈਂ ਦਿਨਾਂ ਸਹੀ ਇੰਤਜ਼ਾਮ ਕਰਨ ਬਿਜਲੀ ਨਾ ਜਾਏ ਲੋਕ ਪੜ੍ਹਨ ਬੱਚੇ ਨੇ ਪੜ੍ਹਨਾ ਹੁੰਦਾ ਹੈ आराम करना होंगे इस वास्ते मेहरबानी कर बत्ती ना जाओ। बहुत बहुत शुक्रिया। अस्सलाम वालेकुम जी। बड़ी गर्मी दे विच बैठे हुए हो की गल है? सरकार की करे मजदूर आदमी रखा ड्राइवर। अच्छा अजकल जी बार बार बत्ती जा रही है तुम मुख्तलिफ जगह से देखे या घर के भी जाहिर इंसान है घर के जाते हो तो बार बार जाहिर छोटे 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 बच्चे ने जाहिर मुश्किल परेशानी तो होती है बिल तो बार बार आ रहा बिल तो हर बार ही आता वो तो ठीक है लेकिन बत्ती का पहले बड़ा कंट्रोल से हूँ कोई कंट्रोल नहीं हूँ तो घंटे घंटे बाद बत्ती छोटे छोटे बच्चे ने जा असं भी घर नहीं जाते इतने सड़कों पर खलो के अपना टाइम पास कर लें तो चलो ठीक है हवा तो आ रही ना कुदरती हवा की गल बत्ती अगर है ही नहीं तो फिर घर की जाता लेकिन बच्चे तंगी तो है ही है जा रहे गर्मी बुरे हाल बत्ती भी कोई नहीं बत्ती है तो पानी भी कोई नहीं आ गया बस वक्त गुजार रहे हैं। तुसी गवर्नमेंट नू कोई सरकार नू मैसेज देना चाहो? सरकार नू तो यही मैसेज देना चाहते कि बड़ी मेहरबानी कुछ आप गरीब आवाम का ख्याल करो दो तीन साल हो गए ने जे हुण ख्याल नहीं करना तो फिर जान लगे ख्याल करना जी हुण एंड हो गया आवाम का भी जी। तुहाडा की कहना हैगा जी बत्ती दे बारे च? अस सुबह तो शाम सवेरे 4 बजे निकलने हैं सारा दिन तो शामी 11 बजे जाने हैं सानू 100 रुपया 200 रुपया नहीं ना लभना तो असीं की करना इन्ना किराया पाले खर्च के इन्नी महंगाई दे तंग होए कि रोटी खाने आवाजा रही दुनिया की तो हूँ बिल कित दी है जी हूँ तो बिलों ने संस्था नहीं लैन दिता हूँ इस चीज़ में देखो सौदे असं कल दिन आते हैं कल के सौदे लैके तो असं देखो अच्छ बैठे हैं कल भी बेचे अभी भी तो अभी मैंने पैसे असं पूरे नहीं किए खराब होने खराब होने फिर असं की कमा की करना कितने बिल भरने तो मजदूर आदमी ने किधर चले जाना इस वास्ते कि लिहाजा जीना मुश्किल हो जाता गरीब आदमी। चलो जी ये भाई साहब और दुख देखे है हर बंदे की एक अपनी विचारधारा होंगी है और वाकई नैचुरली जो पाकिस्तान का सिस्टम हैगा जो साढ़े पाकिस्तान दे विच हो रहा है ये नहीं होना चाहिए। इतने असी एक लेंदे है छोटी जी ब्रेक ब्रेक तो बाद फिर तुहाडी सेवा दे विच हाजिर होवांगे देखते रहो 7 स्पेशल। की हाल है? चंगे बिल्कुल ठीक भाजी। मैनू ये दसो कि निक्का जिहा काका तुसीं एड्डा सोहना सामने बिठाया है घर दे विच जदों लाइट जाती हैगी बत्ती जाती हैगी तो किन्नी कु तुहानूं मुश्किल पेश आती है? काफ़ी मुश्किल पेश होंगी है जदों लाइट जाए क्योंकि हर कोई तो नहीं UPS सपोर्ट कर सकता तो बिल भी इन्हें बिल भी हाँ जी लोड शेडिंग काफ़ी ज़्यादा होंगी तो बिल जड़े ने पहले तो भी ज़्यादा हो गए ने गरीबों के नहीं तो काफ़ी मुश्किल है हर कोई अफोर्ड भी नहीं कर सकता नाले सैलरिया भी उस हिसाब ना नहीं होंगे इसलिए हुकूमत को चाहिए कि इनू कोई इहदा हल होना चाहिए। अस्सलाम वालेकुम बेटा। नहाते नहीं बार बार नहीं जाहिर है बच्चों को गर्मी लगे तो बच्चे नहाते हैं ना आप गवर्नमेंट को मैसेज देना चाहते हैं कि बिजली ना भेजे बोलो बोल के बताओ लाइट कभी भी नहीं जानी चाहिए। थैंक यू बेटा बहुत बहुत शुक्रिया। आओ जी चलते हैं। अस्सलाम वालेकुम उस्ताद जी। वालेकुम सलाम। की हाल जी ठीक ठाक हो? फर्स्ट क्लास। अच्छा मैंने ये दसो कि तुम्हारा बत्ती का काम है माशाल्लाह एसी भी लगा है ठंडी हवा भी आन दी हैगी है हां जी तो जब बत्ती नहीं होंगी तो बार बार बत्ती जाती हैगी है तो कितनी को टेंशन होती है कारोबार के विच कितना को फर्क पड़ता है? जाहिर तुम्हारे सामने ही है भाई खोल डोल के तुसी गल बत्तियां बुतियां बंद हो गई ने और की बाहर 10 मिनट खलोई है तो बत्ती ने तो खीर कीती हुई है अगे के देखो की बनदा तब्दीली का कीड़ा बहुत बड़ा सी तो ही सरकार नूं की मैसेज देना चाहते हैं? सरकार आप बड़ी वड्डी समझदार है जी उन्हें मैसेज की देना
अच्छा मैं जी ये बहुत वेखे है कि लोग गल घट करते हैं तो मेरे वाले बाला वेंदे है ये रब की मर्जी है कि पता नहीं की है वे लेकिन चलो असं होर लोगों गल करते हैं। अस्सलाम वालेकुम भाजी, की हाल जी? चंगे हो? की काम करते हैं? पेंटिंग का काम है। उस्ताद जी मैनू ये दसो मास्टर जी कि बार बार बत्ती जान दी हैगी ये बिजली जाती पई है और कितनी कोई दिक्कत आती है घर के कितनी कोई प्रॉब्लम? बहुत ज़्यादा जी, बहुत ज़्यादा जी, बत्ती तो बगैर तुहानू पता काम ही नहीं होंदा, पित निकल आई गर्मी के नाल जो लाइट जाती पसीना आता, बहुत ज़्यादा परेशानी लाइट के नाल। सरकार नूं की मैसेज देना चाहते हो? गवर्नमेंट नूं कि कहीं कहने कि देखो जदों यानी सर्दी का मौसम हों जी दस दिन जी पिछे मसले बन गए ने, खराबी पैदा हो गई, ये सर्दी के मौसम में कर लैन कर लैन, गर्मी के मौसम में गड़बड़ होंगी है जो भी होंगी, शुरू तो ही लैके अज तक इंजी हो रहा, जो भी कोई खराबी पैदा होंगी है पिछे डैमों का या कोई ग्रेड स्टेशन तो ऐसे ही महीने शुरू होंगी जो गर्मी होंगी, पहले नहीं होंगी, जो गर्मी होंगी उदों ही खराबियां पैदा हो जाए, उदों ही लाइना पैनिया शुरू हो जाए, उदों ही सारा कुछ, सर्दी के कुछ भी नहीं होंगे। जबकि चाहिए कि कम अज़ कम चलो लोग ने हूँ वे लोग ने उन्होंने तो डबल डबल जनरेटर लाए ने, उन्होंने तो गुजारा हो जाता है, पर साडे वर्गे जो लोग ने उन्होंने हूँ मसला बन जाता है लाइट का, कभी किधर कई बार बच्चा गुस्सा गर्मी का बच्चों से निकल जाता है गुस्से के नाल है ही। चलो बहुत बहुत शुक्रिया जी, आओ जी आप और गल कर देंगे। भाजी 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 खलो जो खलो जो। अस्सलाम वालेकुम सर, की हाल है भाजी? भाजी अजक जिदा गर्मी के दिन चलन डे है ने ते बत्ती बहुत ज़्यादा जा रही हैगी, लोड शेडिंग बहुत ज़्यादा हो रही है, तुसी एक फर्मा बरदार हसबेंड लगते है, नेक इंसान लगते है, थोड़ा ये बारे की कहना है? यही कहना जी गिन मजे तब्दीली दे नहीं पूरा पूरा दसो ना कि प्रॉब्लम आती है, परेशानी आती है? परेशानी लगती गल हर पास ही है, तुम्हें पता लाइट के हर कोई परेशान है, गर्मी इन्नी है जो मेनटेनेंस करनी सर्दी कर लो, इन्नी अकल तो हर किसी को ही है, साड़ी हुकूमतों नहीं अकल आनी कभी भी यह चीज़ फोकस। तो मैसेज देना चाहो सरकार को? सरकार को यही है कि सर्दियों में मेनटेनेंस कराया करो, गर्मी में ना कराया करो। बहुत बहुत शुक्रिया। रक्षा चलाते हैं सर, शामी तुम घर भी जाते हैं, घर बत्ती बहुत जाती है, ये लोड शेडिंग की कहना चाहोगे? लोड शेडिंग भाई बत्ती आनी चाहिए, मुसलसल आनी चाहिए, चलो एक टाइम चली जाए ज़्यादा ज़्यादा, क्योंकि जानी तो है वे, एक टाइम चली जाए मुसलसल ना जाए, छे छे घंटे जानी, कारोबार बंद, चलो अं तो रक्षा चलाने जेडे घर कपड़े सींदे ने, या कोई भी बत्ती का काम जो करना रोटी तो बेकार हो गए। तो गवर्नमेंट को कोई मैसेज देना चाहोगे? गवर्नमेंट को मैसेज साहब अल्लाह तुम जिंदगी करे बा बंदे बन जाओ बस, और बहुत बहुत शुक्रिया जी, बहुत बहुत शुक्रिया भाजी। अस्सलाम वालेकुम, की हाल है? चंगे हो? वधिया। मैनू तुसी ये दसो कि पाकिस्तान दे विच बहुत ज़्यादा लोड शेडिंग हो रही है, बत्ती बार बार जा रही है, बार बार आती पई है, लोग बड़े तंग पे है, तुहाडी परसनल विचारधारा की हैगी, तुहाडा की कहना है? लोड शेडिंग तो हो रही है, इहदे विच कोई शक नहीं है, हाँ जी, लेकिन पहले नालों फर्क है, बेहतर है, ए नहीं कि बिल्कुल ही बत्ती हर वेले जा रही है, वोट नू नहीं करवाया। अच्छा अच्छा, लेकिन तुम सरकार की तारीफ कर रहे हो ना कि अगे नालों बेहतर? हाँ जी अगे नालों बेहतर है, लेकिन
ਕਰਜ਼ੇ ਇੰਨੇ ਚੜੇ ਆ ਕੀ ਕਰੀਏ ਮਜਬੂਰੀ ਤੇ ਹੈਗੀ ਹੈ ਕਰਜ਼ੇ ਚੜਾਏ ਕਿੰਨਾਂ ਨੇ ਜੀ ਉਹ ਪੁਰਾਣੀ ਹਕੂਮਤਾਂ ਨੇ ਜਾਣੇ ਜਾਂਦੇ ਇਹਨਾਂ ਨੂੰ ਤੁਸੀਂ ਵੋਟ ਪਾਉਂਦੇ ਸਰਦਾਰੀ ਆ ਨੂਨ ਲੀਗ ਤੇ ਖਾਨ ਸਾਹਿਬ ਤੇ ਕਰਜ਼ੇ ਲਵਾਉਣ ਦੇ ਇੰਨਾ ਪਾਕਿਸਤਾਨ ਅੱਜ ਕੋਸ਼ਿਸ਼ ਸਾਡੀ ਹੈ ਇਹਨਾਂ ਦੀ ਕੋਸ਼ਿਸ਼ ਹੈਗੀ ਹੈ ਕਿ ਬਿਹਤਰ ਹੋ ਜਾਵੇ ਹਾਂਜੀ ਅੱਲਾ ਖੈਰ ਕਰੇ ਇਨਸ਼ਾਅੱਲਾ ਲੇਕਿਨ ਫਿਰ ਵੀ ਲੋਡ ਸ਼ੇਡਿੰਗ ਪਹਿਲਾਂ ਨਾਲ ਬਿਹਤਰੀ ਹੈ ਮੈਂ ਤਾਂ ਇਹੀ ਕਹਾਂਗਾ ਬਿਹਤਰੀ ਹੈ ਜਾਂਦੀ ਹੈ ਲੇਕਿਨ ਕੰਮ ਜਾ ਰਹੀ ਹੈ ਉਹ ਵਾਲੇ ਵਕਤ ਨਹੀਂ ਹੈਗੇ ਜਿਸ ਤਰ੍ਹਾਂ 10 ਸਾਲ ਪਹਿਲਾਂ ਜਾਂਦੀ ਸੀ ਅਤੇ ਕਿੰਨੀ ਕਿੰਨੀ ਦੇਰ ਦੋ ਦੋ ਤਿੰਨ ਤਿੰਨ ਘੰਟੇ ਇਕੱਠੀ ਜਾਂਦੀ ਸੀ ਹੁਣ ਤਾਂ ਘੰਟੇ ਘੰਟੇ ਵਾਸਤੇ ਜਾਂਦੀ ਹੈ ਬਹੁਤ ਬਹੁਤ ਸ਼ੁਕਰੀਆ ਸਰ ਜੀ ਭਾਅ ਜੀ ਅਸਲਾਮੁਅਲੈਕਮ ਕੀ ਹਾਲ ਹੈ ਚੰਗੇ ਹੋ ਭਾਅ ਜੀ ਮੈਨੂੰ ਇਹ ਦੱਸੋ ਤੁਸੀਂ ਜਲੇਬੀਆਂ ਕੱਢਦੇ ਹੋ ਸਮੋਸੇ ਪਕੌੜੇ ਵਾਹ ਵਾਹ ਮਜ਼ੇਦਾਰ ਮਜ਼ੇਦਾਰ ਚੀਜ਼ਾਂ ਤੁਸੀਂ ਰੱਖੀਆਂ ਨੇ ਜੀ ਸਰ ਇਹ ਬੱਤੀ ਜਾਨ ਨਾਲ ਤੁਹਾਡੇ ਕੰਮ ਦੇ ਵਿੱਚ ਕਿੰਨਾ ਕੁ ਹਰਜ ਹੁੰਦਾ ਵੇ ਵਾਹ ਵਾਹ ਹੋ ਜਾਂਦਾ ਸਰ ਨਹੀਂ ਇਹ ਤਾਂ ਜਵਾਬ ਤਾਂ ਨਾ ਹੋਏ ਵਾਹ ਵਾਹ ਹੋ ਜਾਂਦਾ ਪੂਰਾ ਦੱਸੋ ਨਾ ਕਿ ਬੱਤੀ ਜਾਨ ਨਾਲ ਕੀ ਕੀ ਮਸਲੇ ਹੁੰਦੇ ਆ ਤੁਹਾਨੂੰ ਬੱਤੀ ਜਾਨ ਨਾਲ ਸਰ ਕਸਟਮਰ ਬਹੁਤ ਜ਼ਿਆਦਾ ਘੱਟ ਜਾਂਦੇ ਨੇ ਜਿਹਦੀ ਵਜ੍ਹਾ ਤੋਂ ਸੇਲ 'ਚ ਬਹੁਤ ਕਮੀ ਆ ਜਾਂਦੀ ਹੁਣ ਤੂੰ ਪੈਸੇ ਫੜਨ ਡਿਆ ਹੁਣ ਤੂੰ ਪੂਰੀ ਗੱਲ ਨਹੀਂ ਕਰਨੀ ਹੈਗੀ ਕਮੀ ਪੂਰੀ ਕਰ ਲਈ ਨਾ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਬੇਟਾ ਕੀ ਹਾਲ ਹੈ ਆਪਕਾ ਠੀਕ ਪੰਜਾਬੀ ਆਉਂਦੀ ਬੋਲਣੀ ਕੀ ਨਾਂ ਤੇਰਾ ਅਲੀ ਹੈਦਰ ਅਲੀ ਹੈਦਰ ਜਦੋਂ ਬੱਤੀ ਜਾਂਦੀ ਹੈਗੀ ਹੈ ਤੇ ਗਰਮੀ ਲੱਗਦੀ ਹੈ ਕਿੰਨੀ ਕੁ ਲੱਗਦੀ ਹੈ ਬੜੀ ਜ਼ਿਆਦਾ ਲੱਗਦੀ ਹੈ ਤੇ ਜਦੋਂ ਗਰਮੀ ਤੈਨੂੰ ਲੱਗਦੀ ਹੈ ਤੇ ਫਿਰ ਤੂੰ ਕੀ ਕਰਦਾ ਹੈਗਾ ਵਾ ਮੈਂ ਆਪਣੇ ਆਪ ਨੂੰ ਹਵਾ ਦੇਣਾ ਹਵਾ ਦੇਣਾ ਹੈਗਾ ਮੈਂ ਤੇ ਨਹਾਉਣਾ ਵੀ ਹੈਗਾ ਮੈਂ ਬਾਰ ਬਾਰ ਤੇ ਗੌਰਮੈਂਟ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਬੱਤੀ ਘੱਟ ਘੱਲੋ ਹਾਂਜੀ ਠੀਕ ਹੈ ਕਹਿਣਾ ਚਾਹੁੰਦਾ ਤਾਂ ਕਹਿ ਹਾਂ ਭਲਾ ਕਿ ਗੌਰਮੈਂਟ ਬੱਤੀ ਨਾ ਘਲਾਵੇ ਜ਼ਿਆਦਾ ਬੱਤੀ ਨਾ ਭੇਜੇ ਤੇ ਬੱਤੀ ਜ਼ਰਾ ਘੱਟ ਹੀ ਭੇਜੇ ਬਹੁਤ 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 ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਭਾਜੀ ਅਸਲਾਮੁਅਲੈਕਮ ਵਾਲੇਕਮ ਸਲਾਮ ਕੀ ਹਾਲ ਹੈ ਭਾਜੀ ਚੰਗੇ ਹੋ ਮਜ਼ਰ ਅਲੀ ਆ ਮੇਰਾ ਨਾਮ ਭਾਜੀ ਮੈਨੂੰ ਇਹ ਦੱਸੋ ਕਿ ਘਰ ਦੇ ਵਿੱਚ ਬੱਤੀ ਜਾਂਦੀ ਹੈਗੀ ਇਹ ਲੋਡ ਸ਼ੇਡਿੰਗ ਹੁੰਦੀ ਹੈ ਤੇ ਬਹੁਤ ਜ਼ਿਆਦਾ ਮੁਸ਼ਕਲ ਹੈਗੀ ਹੈ ਬਹੁਤ ਜ਼ਿਆਦਾ ਜਣਾ ਨਾਲ ਬੱਤੀ ਜਾ ਰਹੀ ਬੁਰਾ ਹਾਲ ਹੈ ਗਰੀਬ ਬੰਦੇ ਹੈ ਕਿਰਾਏ ਤੇ ਮਕਾਨ ਹੈ ਕੀ ਕਰੀਏ ਕਿੱਥੇ ਜਾਈਏ ਜਿਹੜੇ ਅਮੀਰ ਬੰਦੇ ਨੇ ਉਹਨਾਂ ਦੇ ਸੋਲਰ ਲਾਏ ਨੇ ਦੂਸਰਾ ਉਹ ਆਪਣਾ ਚਲਾ ਰਹੇ ਨੇ UPS ਚਲਾ ਰਹੇ ਨੇ ਅਸੀਂ ਉਸ ਤਰ੍ਹਾਂ ਹੀ ਜਾਣਾ ਅਸਲਾਮੁਅਲੈਕਮ ਭੈਣ ਜੀ ਭਾਜੀ ਮੈਨੂੰ ਇਹ ਦੱਸੋ ਤੁਸੀਂ ਘਰ ਕ੍ਰਿਸ਼ਤੀ ਚਲਾਉਂਦੇ ਹੈਗੇ ਹੋ ਕਦ ਜ਼ਿਆਦਾ ਟਾਈਮ ਘਰ ਰਹਿੰਦੇ ਹੈਗੇ ਹੋ ਭਾਜੀ ਜਿਹੜੇ ਨੇ ਕੰਮ ਤੇ ਜਾਂਦੇ ਹੈਗੇ ਨੇ ਬਾਰ ਬਾਰ ਜਦੋਂ ਘਰ ਦੇ ਵਿੱਚ ਬਾਜੀ ਬੱਤੀ ਬੰਦ ਹੁੰਦੀ ਹੈ ਤਾਂ ਕੀ ਫੀਲ ਹੁੰਦਾ ਤੁਹਾਨੂੰ ਭਾਈ ਗਰਮੀ ਲੱਗਦੀ ਹੋਰ ਕੀ ਹੋਣਾ ਪਰੇਸ਼ਾਨ ਹੋ ਜਾਂਦੇ ਹੋਰ ਕੀ ਕਰ ਗਵਰਨਮੈਂਟ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ ਉਹਦੇ ਉੱਤੇ ਅਸੀਂ ਤੇ ਗਵਰਨਮੈਂਟ ਨੂੰ ਕੀ ਕਹਿ ਸਕਨੇ ਆ ਕਿ ਇਹ ਸਾਡੇ ਨਾਲ ਚੰਗਾ ਕਾਰਨ ਹੈ ਹਰ ਚੀਜ਼ ਮੰਗਾਈ ਹੈ ਬੰਦਾ ਪਰੇਸ਼ਾਨ ਹੈ ਵੀ ਕੀ ਪੂਰਾ ਕਰੇ ਭੇਜੀ ਜਾਂਦੇ ਹੈਗੇ ਨੇ ਕਿ ਜਿੰਦਾ ਕੋਈ ਹੱਦ ਹਿਸਾਬ ਵੀ ਨਹੀਂ ਅਸੀਂ ਹੁਣ ਕਿਰਾਏ ਤੇ ਮਕਾਨ ਹੈ ਉਹਦੇ 'ਚ 2500 ਰੁਪਇਆ ਮੈਂ ਬਿੱਲ ਤਾਰਿਆ ਹੈਗਾ ਜੀ ਸਿਰਫ ਇੱਕ ਪੱਖਾ ਤੇ ਇੱਕ ਬਲਬ ਹੈਗਾ ਜੀ ਬਸ ਚਲੋ ਕੋਈ ਨਹੀਂ ਅੱਲਾਹ ਤਾਲਾ ਤੁਹਾਡੀਆਂ ਮੁਸ਼ਕਲਾਂ ਆਸਾਨ ਕਰੇ ਬਹੁਤ ਬਹੁਤ ਉਸਤਾਦ ਜੀ ਦਰਾ ਅਸਲਾਮੁਅਲੈਕਮ ਜੀ ਭਾਜੀ ਤੁਹਾਡਾ ਕੰਮਕਾਰ ਸਾਫ ਸੁਥਰਾ ਹੈਗਾ ਮਾਸ਼ਾਅੱਲਾ ਬੜਾ ਸੋਹਣਾ ਪੱਖਾ ਲਾਇਆ ਹੋਇਆ ਤੇ ਜੇ ਪੱਖਾ ਨਾ ਲਾਓ ਤੇ ਜ਼ਾਹਿਰ ਮੱਖੀਆਂ ਬਹਿਣਗੀਆਂ ਤੇ ਬਾਰ ਬਾਰ ਜਿਹੜੀ ਲੋਡ ਸ਼ੇਡਿੰਗ ਹੋ ਰਹੀ ਹੈ ਇਹਦਾ ਤੁਸੀਂ ਕੀ ਕਹਿਣਾ ਚਾਹੋਗੇ ਇਹਦਾ ਕਹਿਣਾ ਜੀ ਇਹੋ ਹੀ ਚਾਹੀਦਾ ਵੀ 5 ਸਾਲੇ ਜੀ ਅੱਗੇ ਹੋਰ ਘੁੰਮਦ ਆ ਗਈ ਤੇ ਖਤਮ ਹੋ ਗਿਆ ਸਾਰਾ ਖਤਮ ਹੋ ਜਾਏਗਾ ਸਾਰਾ ਕੁਝ ਸਾਰਾ ਕੁਝ ਖਤਮ ਹੋ ਜਾਏ ਤੁਹਾਡੇ ਮੂੰਗਰਾ ਬਦਾਨਾ ਵੀ ਨਹੀਂ ਨਿਕਲਦਾ ਅੰਦਰ ਅਸੇ ਵੀ ਨਹੀਂ ਬਣਦੇ ਇਹ ਤਾਂ ਫਿਰ ਕੋਈ ਚੀਜ਼ ਰਹਿ ਹੀ ਨਹੀਂ ਜਾਂਦੀ ਸਹੀ ਲੱਗੀ ਕੋਈ ਮੈਸੇਜ ਦੇਣਾ ਚਾਹੋ ਸਰਕਾਰ ਨੂੰ ਤੇ ਨਾ ਨਾ ਕੋਈ ਮੈਸੇਜ ਨਹੀਂ ਦੇਣਾ ਇਦਾਂ ਹੀ ਆ ਬਸ ਚਲੋ ਜੀ ਬਹੁਤ ਬਹੁਤ ਸ਼ੁਕਰੀਆ ਅਸਲਾਮ ਅਲੈਕਮ ਜੀ ਕੀ ਹਾਲ ਹੈ ਚੀਕਾ ਕੋ ਅੱਗੇ ਨਾ ਬੁਰਾ ਹੀ ਹੈ ਇਹ ਮੈਨੂੰ ਦੱਸੋ ਕਿ ਬੱਤੀ ਜਾਂਦੀ ਹੈ ਬਾਰ ਬਾਰ ਲੋਡ ਸ਼ੇਡਿੰਗ ਹੁੰਦੀ ਹੈ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਬੱਤੀ 75 ਸਾਲ ਦੀ ਉਮਰ ਹੈ ਜਿਹੜੇ ਜੇ ਲੈਣ ਡਿਆ ਕਿਸੇ ਦੀ ਡੈਨ ਨਹੀਂ ਲਏ 65 ਰੁਪਏ ਤਨਖਾਹ ਲਾ ਕੇ ਆਉਂਦੇ ਸੀ ਮਾਂ ਕਹਿੰਦੀ 5 ਵੱਜ ਗਏ ਹੁਣ ਕਹਿੰਦਾ ਜੀ ਜਿਹੜਾ ਵਿਆਹ ਕਰਿਆ ਜਾਂ ਕੁੜੀ ਵਾਲਾ ਵੀ ਟੈਕਸ ਦੇਏਗਾ ਮੁੰਡੇ ਵਾਲੇ ਵੀ ਟੈਕਸ ਦੇਏਗਾ ਕਿਉਂ ਇਹਨੇ ਮੇਰੀ 75 ਸਾਲ ਉਮਰ ਐਸਾ ਵਕਤ ਮੈਂ ਨਹੀਂ ਦੇਖਿਆ ਤੁਸੀਂ ਇੱਧਰ ਵੇਖ ਕੇ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੋ ਗਵਰਨਮੈਂਟ ਨੂੰ ਕੋਈ ਮੈਸੇਜ ਕੀ ਇਹੀ ਹੈ ਅੱਛਾ ਜੀ ਜੀ ਭਾਜੀ ਅਸਲਾਮੁਅਲੈਕਮ ਵਾਲੇਕਮ ਸਲਾਮ ਜੀ ਜਿਹੜੀ ਲੋਡ ਸ਼ੇਡਿੰਗ ਹੋ ਰਹੀ ਹੈ ਤੁਸੀਂ ਇਹਦੇ ਉੱਤੇ ਕੀ ਕਹਿਣਾ ਚਾਹੋਗੇ ਅਸੀਂ ਕੀ ਕਹਿਣਾ ਚਾਹੁੰਦੇ ਆਹੀ ਗਰੀਬ ਆਦਮੀ ਅਸੀਂ ਕੀ ਕਰ ਸਕਨੇ ਆ ਅਹੀਂ ਕੰਮ ਕਰ ਚ ਤਾਂ ਹਰਜ ਹੁੰਦਾ ਨਾ ਬਹੁਤ ਜ਼ਿਆਦਾ ਹਰਜ ਹੁੰਦਾ ਬਹੁਤ ਜ਼ਿਆਦਾ ਹਰਜ ਹੁੰਦਾ ਕੋ ਸਰਕਾਰ ਨੂੰ ਮੈਸੇਜ ਦੇਣਾ ਚਾਹੋ ਸਰਕਾਰ ਨੂੰ ਕੀ ਮੈਸੇਜ ਸਰਕਾਰ ਨੂੰ ਸਭ ਕੁਝ ਨਜ਼ਰ ਆ ਰਿਹਾ ਹੁਣ ਕਿਸ ਚੀਜ਼ ਦਾ ਪਤਾ ਨਹੀਂ ਹੈਗਾ ਬੰਦੇ ਭੁੱਖੇ ਮਰਦੇ ਪਏ ਨੇ ਰੋਜ਼ਗਾਰ ਨਹੀਂ ਹੈਗਾ ਇੰਨੀਆਂ ਸਬਜ਼ੀਆਂ ਤੇਰੇ ਕੋਲ ਪਈਆਂ ਨੇ ਬੰਦਾ ਕਿਤੋਂ ਭੁੱਖਾ ਮਰ ਸਕਦਾ ਵੇ ਇਹ ਜਿਹੜੀਆਂ ਸਬਜ਼ੀਆਂ ਨੇ ਲੈਣ ਵਾਲਾ ਕੋਈ ਨਹੀਂ ਹੈਗਾ ਪੈਨਸ਼ਨ ਜਿਹੜੇ ਬੁੱਢੇ ਬਜ਼ੁਰਗ ਰਹਿੰਦੇ ਨੇ ਉਹਨਾਂ ਦੇ ਪੈਨਸ਼ਨ ਦੇ ਵੀ ਟੈਕਸ ਲਾਤੇ ਨੇ ਅੱਛਾ ਹਾਂ ਤੁਸੀਂ ਵੋਟ ਕਿਹਨੂੰ ਪਾਇਆ ਇਹ ਉਹ ਸਾਡਾ ਸ਼ੇਰੇ ਪੰਜਾਬ ਕੌਣ ਸ਼ੇਰੇ ਪੰਜਾਬ ਨਵਾਜ਼ ਸ਼ਰੀਫ ਬਾਬਾ ਜੀ ਦੀ ਵਿਚਾਰਧਾਰਾ ਤੁਸੀਂ ਸੁਣੀ ਹੈਗੀ ਏ
सुन के तुहानू बहुत वधिया लग्या हैगा। आओ आपां होर लोकां नाल गल करदे हैगे। की हाल जी, चंगे हो? भाजी जिहड़ी ये लोड शेडिंग हो रही है, बार बार बत्ती बंद हुंदी है, इहदे बारे तुहाडा की कहना हैगा? इहदा कहना इह ही है वी बत्ती नहीं होनी चाहीदी बंद, होर की असीं कह सकदे। घर किन्नी मुश्किल हुंदी होगी पर बत्ती? मुश्किल इक मुश्किल, मैं ना साडे कोल तां इहो जी गुंजाइश वी नहीं है वी असीं कोई चट सकदा साडा कमरा ठंडा रह सकेगा। हां हां, कच्चे मकान। बहुत बहुत शुक्रिया। अस्सलाम वालेकुम सर। वालेकुम ਭਾਜੀ, ਜਿਹੜੀ ਲੋਡ ਸ਼ੈਡਿੰਗ ਹੋ ਰਹੀ ਹੈ, ਬੱਤੀ ਵਾਰ ਵਾਰ ਜਾ ਰਹੀ ਹੈ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਜੋ ਕਿ ਹਕੂਮਤ ਆਈ ਜਾਂਦਾ ਕੀ ਖਿਆਲ ਹੈ, ਹਕੂਮਤ ਨੇ ਜੋ ਸਾਡਾ ਹਾਲ ਕਰ ਦਿੱਤਾ ਉਹ ਬੱਤੀ ਦਾ ਕਰ ਦਿੱਤਾ, ਬਸ ਇਹ ਹੀ ਜੀ। ਕੀ ਤੁਹਾਡਾ ਕੀ ਹਾਲ ਹੋਇਆ, ਤੁਸੀਂ ਦੱਸੋ ਨਾ ਸਰ, ਸਾਡਾ ਟੀ ਵੀ ਚੈਨਲ ਦੱਸੋ ਨਾ ਤੁਹਾਡੀ ਬਾਤ। ਮੈਂ ਸਬਜ਼ੀ ਵਾਲੇ ਨੂੰ ਸਬਜ਼ੀ ਲੈ ਕੇ ਪੁੱਛ ਲਓ, ਤੁਹਾਨੂੰ ਪਤਾ ਲੱਗ ਜਾਏਗਾ। ਜਿਹੜੀ ਚੀਜ਼ 10 ਰੁਪਏ ਦੀ ਅੱਜ 30 ਰੁਪਏ ਦੀ ਹੈ, ਜਿਹੜੀ 100 ਰੁਪਏ ਦੀ ਮਿਲਦੀ ਅੱਜ 300 ਦੀ ਮਿਲਦੀ ਪਈ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਅੱਲਾ ਹਾਫਿਜ਼। ਅਸਲਾਮ ਵਾਲੇਕੁਮ ਭਾਜੀ। ਵਾਲੇਕੁਮ ਭਾਜੀ, ਜਿਹੜੀ ਇਹ ਲੋਡ ਸ਼ੈਡਿੰਗ ਹੋ ਰਹੀ ਹੈ, ਬੱਤੀ ਜਾ ਰਹੀ ਹੈਗੀ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ? ਇਹਦੇ ਬਾਰੇ 'ਚ ਭਾਈ ਜਾਨ ਅਸੀਂ ਕੀ ਕਹਿਣਾ, ਦੇਖੋ ਕਿ ਕੋਈ ਐਸਾ ਕੰਮ ਨਹੀਂ ਹੈ ਕਿ ਵੀ ਜਿਹੜਾ ਕੋਈ ਅੱਛੇ ਤਰੀਕੇ ਨਾਲ ਕਿਸੇ ਨੇ ਕੋਈ ਹੈਂਡਲ ਕੀਤਾ ਹੋਵੇ। ਇਹ ਉਦੋਂ ਦਾ ਇੰਨੇ ਕੁ ਮੁਸ਼ਕਲਾਂ ਦਰਪੇਸ਼ ਆ ਰਹੇ ਨੇ ਕਿ ਕਾਰੋਬਾਰ ਵੀ ਕਰਨੇ ਆ ਅਤੇ ਯਕੀਨ ਕਰੋ ਬਹੁਤ ਮੁਸ਼ਕਲ ਗੁਜ਼ਾਰਾ ਕਰ ਰਹੇ ਪਏ। ਉੱਤੋਂ ਲੋਡ ਸ਼ੈਡਿੰਗ ਬੇਅੰਤਹਾ ਜ਼ਿਆਦਾ ਅਤੇ ਬਿੱਲ ਦੇਖੋਗੇ ਤਾਂ ਜ਼ਰੂਰਤ ਤੋਂ ਵੱਧ ਹੀ ਹੈ। ਹੁਣ ਉਹਨੂੰ ਕਿਸ ਤਰ੍ਹਾਂ ਬੰਦਾ ਉਹਨੂੰ ਮੈਨੇਜ ਕਰੇ, ਮੈਨੂੰ ਦੱਸੋ। ਬਹੁਤ ਮੁਸ਼ਕਲ ਹੋਇਆ ਪਿਆ ਉਹਨੂੰ। ਕੋਈ ਸਰਕਾਰ ਨੂੰ ਮੈਸੇਜ ਦੇਣਾ ਚਾਹੋ ਤਾਂ? ਸਰਕਾਰ ਅੱਗੇ ਇਹੀ ਅਪੀਲ ਕਰਨੇ ਆ ਕਿ ਉਹਨਾਂ ਨੂੰ ਅਸੀਂ ਇਹੀ ਕਹਿੰਦੇ ਕਿ ਖੁਦਾਰਾ ਕੋਈ ਥੋੜ੍ਹੀ ਜਿਹੀ ਗੁੰਜਾਇਸ਼ ਕਰੋ, ਕੋਈ ਹਾ ਕਰੋ, ਤਾਂ ਕਿ ਸਾਡੇ ਜ ਗਰੀਬਾਂ ਦਾ ਕੋਈ ਜੀਣਾ ਮੁਸ਼ਕਲ ਹੋਇਆ ਜਿਹੜਾ ਉਹਨੂੰ ਆਸਾਨ ਹੋ ਸਕੇ। ਅਸੀਂ ਆਪਣੀ ਪੂਰੀ ਲਾਈਫ ਦੇ ਵਿੱਚ ਕਦੀ ਇੰਨੀ ਮਹਿੰਗਾਈ ਜਾਂ ਕਦੀ ਇੰਨਾ ਕੁਛ ਨਹੀਂ ਦੇਖਿਆ ਜਿੰਨਾ ਕੁਛ ਹੁਣ ਦੇਖ ਰਹੇ। ਚਲੋ ਜੀ, ਸਾਡੀ ਦੁਆ ਵੀ ਅੱਲਾਹ ਤਾਲਾ ਤੁਹਾਡੀ ਦੁਆ ਪੂਰੀ ਕਰੇ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ। ਕੀ ਹਾਲ ਹੈ? ਅੱਲਾਹ ਦਾ ਬੜਾ। ਜਿਹੜੀ ਲੋਡ ਸ਼ੈਡਿੰਗ ਹੋ ਰਹੀ ਹੈ, ਬਾਰ ਬਾਰ ਬੱਤੀ ਜਾਂਦੀ ਹੈਗੀ ਹੈ, ਬੜੇ ਲੋਕਾਂ ਨੂੰ ਦੁਸ਼ਵਾਰੀ ਹੁੰਦੀ ਹੈ ਜਿਨ੍ਹਾਂ ਦੇ ਘਰ UPS ਨਹੀਂ ਲੱਗੇ ਹੈਗੇ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ AC ਨਹੀਂ ਲੱਗੇ ਹੈਗੇ, ਉਹਨਾਂ ਲਈ ਬੜੇ ਮੁਸ਼ਕਲ ਹੁੰਦਾ ਹੈ। ਇਸ ਇਲਾਕੇ 'ਚ ਤਾਂ AC ਕਿਸੇ ਦਾ ਲੱਗਾ ਹੀ ਨਹੀਂ, ਬਿਜਲੀ ਨਹੀਂ ਆਉਂਦੀ, ਪੱਖਾ ਨਹੀਂ ਚੱਲਦਾ, ਤਾਂ AC ਕਿੱਥੋਂ ਚੱਲਣੇ? ਤੁਹਾਡਾ ਕੀ ਵਿਚਾਰਧਾਰਾ ਹੈਗੀ, ਤੁਸੀਂ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ? ਘਰ ਚਲੇ ਜਾ, ਘਰ ਚਲੀ ਜਾ, ਚੁੱਪ ਕਰਕੇ ਬਾਹਰ, ਘਰ ਦੇ ਉਹਨੇ ਵਾਸਤਾ ਕੰਮ ਨਹੀਂ ਹੈਗਾ। ਇਹਨਾਂ ਆਰਾਮ ਕਰਦਾ, ਇਹ ਰੱਖਿਆ ਵਾਲੇ ਖਲੋਤੇ ਸਾਰੇ। ਹਾਂ, ਸਾਰੀ ਦਿਹਾੜੀ ਜੇ ਇਹਨਾਂ ਨੇ 500 ਨਹੀਂ ਫੜਿਆ, ਇਹਨਾਂ ਦਾ ਖਰਚਾ 1500। ਹਾਂ, ਨਾ ਇਹ ਬੱਚੇ ਪੜ੍ਹਾ ਸਕਦੇ, ਨਾ ਕੁਛ ਕਰ ਸਕਦੇ ਆ। ਉਹ ਸਾਹਮਣੇ ਪਰਚੂਨ ਦੀ ਦੁਕਾਨ, ਕੱਲ੍ਹ ਘਿਓ ਲਿਆ 30 ਰੁਪਈਏ ਵਧਿਆ, ਅਤੇ ਸਵਾਰੀ ਰੁਪਈਆ ਨਹੀਂ ਵਧਾਉਂਦੀ, ਗੈਸ ਕਿਤੇ ਉਹਨੂੰ ਮਿਲਦੀ, 200 ਰੁਪਏ ਕਿਲੋ ਗੈਸ ਮਿਲ ਰਹੀ ਜੇ ਬਲੈਕ ਦੇ ਵਿੱਚ। ਗੌਰਮੈਂਟ ਨੇ ਸੀਲ ਕੀਤੀਆਂ ਦੁਕਾਨਾਂ, ਅੰਦਰ ਖਾਤੇ 'ਚ ਵੇਚਣ ਦਾ 200 ਰੁਪਏ ਕਿਲੋ। ਜੀ, ਤੁਸੀਂ ਕੀ ਕਹਿਣਾ ਚਾਹੋਗੇ ਭਾਜੀ? ਇਹ ਕਿ ਮੈਂ ਤਾਂ ਇਹ ਕਹਾਂਗਾ, ਵਾਸਤਾ ਕੰਮ ਹੀ ਨਹੀਂ ਹੈਗਾ। ਉਹ ਦੂਸਰੀ ਗੌਰਮੈਂਟ ਸੀ ਜਿਹੜੇ ਪੀਪਲ ਪਾਰਟੀ ਜਾਂ ਨੂਨ ਲੀਗ ਵਾਲੇ ਸੀ, ਕਿਸੇ ਤਰ੍ਹਾਂ ਵੀ ਕੁਛ ਨਾ ਕੁਛ ਕਰਕੇ ਉਹ ਸਰਕਟ ਚਲਾਈ ਜਾਂਦੇ ਸੀ, ਪਰ ਇਹ ਜਿਹੜੇ ਨੇ ਇਹ ਸਿਰਫ ਲਾਰੇ ਨੇ, ਗੱਲਾਂ ਨੇ। ਚਲੋ ਭਾਅ ਜੀ, ਜਿਹੜੀ ਲੋਡ ਸ਼ੈਡਿੰਗ ਹੋ ਰਹੀ ਹੈ, ਤੁਸੀਂ ਦੇਖਦੇ ਹੋ ਕਿ ਲੋਕ ਬੜੀ ਪਰੇਸ਼ਾਨੀ ਦੇ ਵਿੱਚ ਹੈਗੇ ਨੇ, ਤੰਗੀ ਦੇ ਵਿੱਚ ਹੈਗੇ ਨੇ, ਤੁਹਾਡਾ ਕੀ ਇਹਦੇ ਬਾਰੇ ਕਹਿਣਾ ਹੈ? ਇਹ ਕੋਈ ਨਵਾਂ ਮਸਲਾ ਥੋੜ੍ਹੀ ਹੈ। ਹਾਂਜੀ, ਅਸੀਂ ਕਿਸੇ ਵੀ ਹਕੂਮਤ 'ਤੇ ਨਹੀਂ ਪਾ ਸਕਦੇ, ਸਾਰੀਆਂ ਹਕੂਮਤਾਂ ਸੇਮ ਹੈਗੀ। ਆਉਣ ਵਾਲਾ ਜਿਹੜਾ ਹੈਗਾ ਅਗਲੇ ਉੱਪਰ ਪਾ ਦਿੰਦਾ, ਅਤੇ ਪਿਛਲਾ ਜਿਹੜਾ ਹੈਗਾ ਉਹ ਅਗਲੇ ਉੱਤੇ ਪਾ ਦਿੰਦਾ, ਅਤੇ ਸਾਰੇ ਜਿੰਨੇ ਵੀ ਇਹ ਪ੍ਰੋਬਲਮਸ ਹੈਗੇ ਨੇ, ਇਹ ਸਾਰੇ ਪ੍ਰੋਬਲਮਸ Day 1 ਤੋਂ ਚੱਲ ਰਹੇ ਨੇ, ਨਵੀਂ ਗੱਲ ਤਾਂ ਹੈ ਕੋਈ ਨਹੀਂ। ਅਗਰ ਕਿਸੇ ਨਵੇਂ ਬੰਦੇ ਨੂੰ ਅਸੀਂ ਫੜੀਏ ਵੀ, ਤਾਂ ਉਹ ਕੀ ਹੈਗਾ ਕਿ ਮੇਰੇ 'ਤੇ ਜਿਹੜਾ ਵੀ ਹੈਗਾ ਮਸਲਾ ਉਹ ਪਿਛਲਾ ਬੰਦਾ ਕਰ ਗਿਆ, ਅਤੇ ਮੈਂ ਹੁਣ ਕੀ ਕਰਾਂ? ਬਾਕੀ ਮਹਿੰਗਾਈ ਦਾ ਕੁਝ ਜ਼ੋਰ ਹੈ, ਮਹਿੰਗਾਈ ਵੀ Day by Day ਵੱਧਦੀ ਜਾ ਰਹੀ ਹੈ, ਉਹਦੇ ਵਿੱਚ ਹਕੂਮਤ ਦਾ ਵੀ ਕੋਈ ਕਸੂਰ ਨਹੀਂ ਹੈਗਾ। ਮਸਲੇ ਤਾਂ ਇਹ ਨੇ ਕਿ ਮਜ਼ਦੂਰ ਦਿਹਾੜੀ ਪਹਿਲੇ 600-700 ਹੁੰਦੀ ਸੀ, ਅੱਜ ਮਜ਼ਦੂਰ ਵੀ 1000-1500 ਲੈ ਰਿਹਾ, ਠੀਕ ਹੈ, ਉਹਦੇ ਵੀ ਖਰਚੇ ਪੂਰੇ ਹੋ ਰਹੇ ਨੇ। ਮਿਸਾਲ ਅਲਟਰੀਮੇਟਲੀ ਜਿਹੜੇ ਹੈਗੇ ਨੇ ਉਹ ਸਭ ਦੇ ਨਾਲ ਹੈ ਨੇ, ਲੇਕਿਨ ਇਹਦੇ ਵਿੱਚ ਕਿਸੇ ਬੰਦੇ ਨੂੰ ਤੁਸੀਂ ਫੜ ਹੀ ਨਹੀਂ ਸਕਦੇ, ਕਿਸੇ ਬੰਦੇ ਦੇ ਨਾਲ ਬੈਠ ਕੇ ਤੁਸੀਂ ਡਿਸਕਸ ਨਹੀਂ ਕਰ ਸਕਦੇ, ਕਿਉਂਕਿ ਇਹ ਮਾਮਲਾ ਇੱਕ ਬੰਦੇ ਦੇ ਨਾਲ ਨਹੀਂ, ਸਭ ਦੇ ਨਾਲ ਹੈਗਾ, ਅਤੇ ਪ੍ਰੋਬਲਮ ਚੱਲ ਰਹੀਆਂ ਨੇ, ਇਹਦੇ ਵਿੱਚ ਹਰ ਬੰਦਾ ਸਰਵਾਈਵ ਵੀ ਕਰ ਰਿਹਾ, ਤਕਲੀਫ 'ਚ ਵੀ ਹੈ ਮਸਲੇ। ਤੁਸੀਂ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੋ? ਬਹੁਤ ਸੋਹਣੀਆਂ ਗੱਲਾਂ ਕੀਤੀਆਂ ਹੈਗੀਆਂ ਤੁਸੀਂ ਲੋਡ ਸ਼ੈਡਿੰਗ ਦੇ ਹਵਾਲੇ ਨਾਲ। ਲੋਡ ਸ਼ੈਡਿੰਗ ਦੇ ਹਵਾਲੇ ਨਾਲ ਹੁਣ ਕੀ ਕਿਹਾ ਜਾ ਸਕਦਾ? ਪਾਣੀ ਸਾਡੇ ਡੈਮਾਂ 'ਚ ਨਹੀਂ ਹੈ, ਡੈਮ ਦੀ ਸਾਡੇ ਕੋਲ ਕਿੱਲਤ ਹੈ, ਅਗਰ ਡੈਮ ਬਣ ਜਾਣ ਤਾਂ ਮਸਾਇਲ ਹੱਲ ਹੋ ਜਾਂਦੇ ਨੇ। ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਥੈਂਕ ਯੂ ਜੀ। ਅਸਲਾਮ ਵਾਲੇਕੁਮ ਭਾਅ ਜੀ। ਅਸਲਾਮ ਭਾਅ ਜੀ, ਜਿਹੜੀ ਲੋਡ ਸ਼ੈਡਿੰਗ ਹੋ ਰਹੀ ਹੈ, ਬੱਤੀ ਜਾ ਰਹੀ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਇਹ ਜੀ, ਇਹਨੇ ਜੋ ਕਿ ਹੈ ਨਹੀਂ ਸੀ, ਜਿਹਨੇ ਜਿਹਨੇ ਬੜੀਆਂ ਗੱਲਾਂ ਕਰਦੇ ਰਹੇ ਨੇ, ਅਤੇ ਲਿਹਾਜ਼ਾ ਹੁਣ ਉਹਨਾਂ ਦੇ ਵਸੋ ਗੱਲ ਬਾਹਰ ਹੈ। ਇਹ ਕੰਮ ਤਾਂ ਸਾਨੂੰ ਪਹਿਲੇ ਵੀ ਅੰਦਾਜ਼ਾ ਸੀ, ਅਸੀਂ ਨੂਨ ਲੀਗ ਨੂੰ ਵੋਟ ਪਾਇਆ ਹਮੇਸ਼ਾ, ਮੀਆਂ ਸਾਹਿਬ ਸਾਡੇ, ਅਸੀਂ ਉਹਨਾਂ 'ਤੇ ਚਾਹਣ ਵਾਲੇ ਹਾਂ। ਉਹ ਜਿਸ ਤਰ੍ਹਾਂ ਦੇ ਵੀ ਇਹ ਜੋ ਵੀ ਮਾਮਲੇ ਨੇ, ਲੇਕਿਨ ਉਹ ਇੱਕ ਮਾਮਲਾ ਉਹਨੂੰ ਚਲਾਉਣਾ ਜਾਣਦੇ ਨੇ,
मामला नहीं चल रहा जी जैनवन गल है। पर और कोई कमेंट्स नहीं है, वो सारे नु पता है, तुम्हें भी पता, वो डैम का कह गया, कोई कुछ कह देगा, मसले मसायल सारे वो गलबात जी हर बंदा करता है, लेकिन वो जरा चलाने वाली गल सी है ही नहीं। वो बहुत बहुत शुक्रिया जी, बहुत बहुत भाई। थोड़ा मीट का काम है, गोशत का काम है, बत्ती जाती हैगी बिजली, तो तू लोड शेडिंग इन्नी ज़्यादा हो रही है, थोड़े काम से कि असर पैदा है भाई जान? बहुत ज़्यादा असर पै रहा है, क्योंकि गर्मी बहुत ज़्यादा है। ठीक है, अगर बिलफर्ज गोश सेल हो जाए गुड लग है, और अगर बच जाए तो भाई जान फ्रीजर जे कूलिंग नहीं कर रहे, रात में लोड खराब हो जाता है, माल खराब हो रहा बहुत ज़्यादा गोश। ठीक है, इस बारे हुकूमत अगर रिक्वेस्ट है कि थोड़ा जहा ख्याल करें। लो जी, अज का साडा प्रोग्राम इत्थे मुकदा हैगा। हर बंदे की अपनी विचारधारा हैगी है, हर बंदे की अपनी सोचधारा हैगी है। असी हर हर विशा जिहड़ा हैगा, हर प्रोग्राम जिहड़ा हैगा वे वो दसदे हैगे हैं कि आवाम की जिहड़ी आवाज़ हैगी है सरकारां तक पहुँचे। वेखदे रहो तुसी 7 स्पैशल, मैं थोड़ा जस्सी सिंह लायलपुरिया 7 स्पैशल दे नाल। प्यार भरी सत श्री अकाल, वाहिगुरू जी का खालसा, वाहिगुरू जी की फतह।